ਕੌਣ ਹੈ ਬਾਲੀਵੁੱਡ ਚ ਕ੍ਰਸ਼? ਜੇ ਆਪਾਂ ਹੁਣ ਗੱਲ ਛੇੜੀਏ ਕ੍ਰਸ਼ ਦੀ, ਕੌਣ ਹੈ ਬਾਲੀਵੁੱਡ ਚ? ਤਾਂ ਫਿਲਹਾਲ ਨਹੀਂ ਹੈਗਾ, ਤੇ ਬਾਲੀਵੁੱਡ ਚ ਜ਼ਰੂਰ ਹੈਗੇ ਆ। ਬਾਲੀਵੁੱਡ ਚ ਕੌਣ? ਐਕਚੁਅਲੀ ਇਹਦੇ ਬਾਰੇ ਇੰਨੀਆਂ ਗੱਲਾਂ ਆਲਰੇਡੀ ਹੋ ਰਹੀਆਂ ਆ, ਜੇ ਮੈਂ ਤੁਹਾਡੇ ਨਾਲ ਇਹ ਨਾ ਗੱਲਾਂ ਕਰਾਂ ਤਾਂ ਫਿਰ ਜਸਟੀਫਾਈਡ ਨਹੀਂ ਹੋਊਗਾ। ਮੈਨੂੰ ਲੱਗਦਾ ਕਿ ਮੈਨੂੰ ਗੁਰਨਾਮ ਭੁੱਲਰ ਜੀ ਜੈਨੂਨਲੀ ਐਜ਼ ਐਨ ਆਰਟਿਸਟ ਬਹੁਤ ਵਧੀਆ ਲੱਗਦਾ ਹੈ, ਬਿਕੋਜ਼ ਉਹਨਾਂ ਦੀ ਲੇਕ ਫਿਲਮ ਦੇ ਵਿੱਚ ਜਿਹੜੀ ਉਹਨਾਂ ਨੇ ਟ੍ਰਾਂਜੈਕਸ਼ਨ ਕੀਤੀ ਆ, ਉਹਨਾਂ ਦੀ ਡਾਇਲੋਗ ਡਿਲੀਵਰੀ, ਉਹਨਾਂ ਦੀ ਉਹ ਕਿਊਟ ਜੀ ਸਮਾਈਲ ਮੈਨੂੰ ਬਹੁਤ ਵਧੀਆ ਲੱਗਦੀ ਹੈ। ਐਜ਼ ਐਨ ਆਡੀਅੰਸ ਮੈਨੂੰ ਬਹੁਤ ਵਧੀਆ ਲੱਗਦੇ ਉਹ। ਅਤੇ ਜਿੰਨੇ ਸ਼ਰਾਰਤੀ ਬਾਬਾ ਜੀ ਹੈਗੇ ਆ ਅਤੇ ਜਿੰਨੀਆਂ ਰੌਣਕਾਂ ਅਤੇ ਮੇਲੇ ਹੋਰ ਲਾ ਕੇ ਰੱਖਦੇ ਆ ਸੈੱਟ 'ਤੇ, ਉਹ ਤਾਂ ਅਨਦਰ ਲੈਵਲ ਫਨ ਸੀਗਾ। ਤੂੰ ਜਾਣਦੀ ਇਹਨੂੰ? ਤੂੰ ਕੌਣ ਪੁੱਛਣ ਵਾਲਾ? ਪਤਾ ਕਿੰਨਾ ਪੁਰਾਣਾ ਪਿਆਰ ਆ। ਨਾ ਵੀਰੇ, ਮੈਂ ਤਾਂ ਕਦੇ ਦੇਖਿਆ ਵੀ ਨਹੀਂ। ਸੀਰੀਅਸ ਕਰੈਕਟਰ ਜਾਂ ਰੋਲ ਦੀ, ਚਾਹੇ ਤਾਂ ਤੁਸੀਂ ਮੇਰੇ ਤੋਂ ਕਾਮੇਡੀ ਕਰਾ ਲਓ, ਚਾਹੇ ਤੁਸੀਂ ਮੈਨੂੰ ਪੁਲਿਸ ਆਫਿਸਰ ਬਣਾ ਦਿਓ, ਚਾਹੇ ਤੁਸੀਂ ਮੈਨੂੰ ਭਿਖਾਰੀ ਬਣਾ ਦਿਓ, ਆਈ ਕੈਨ ਡੂ ਐਨੀਥਿੰਗ। ਛੋਟਾ ਟਾਸਕ ਦਿੰਦਾ, ਕੋਈ ਵੀ ਐਕਟ ਕਰ ਦਿਓ। ਹਾਏ, ਪਲੀਜ਼ ਤੁਸੀਂ ਜਾ ਕੇ ਮੇਰੀ ਫਿਲਮ ਦੇਖ ਕੇ ਆਇਓ, ਖਾਓ ਪੀਓ, ਐਸ਼ ਕਰੋ, ਮੇਰੇ ਕਲੇਜੇ ਨੂੰ ਠੰਡ ਪੈ ਜਾਣੀ ਆ। ਬਾਲੀਵੁੱਡ ਦੇ ਵਿੱਚ ਤਾਂ ਐਂਟਰੀ ਹੋ ਹੀ ਰਹੀ ਹੈ, ਪਰ ਮੈਨੂੰ ਲੱਗਦਾ ਕਿ ਡ੍ਰੀਮ ਮੇਰਾ ਤਾਂ ਹੀ ਪੂਰਾ ਹੋਊਗਾ ਜਿਸ ਦਿਨ ਮੇਰੀ ਫਿਲਮ ਆਦਿਤਿਆ ਰਾਏ ਕਪੂਰ ਨਾਲ ਆਉਗੀ। ਕੱਲਿਆਂ ਗੁਜ਼ਾਰਾ ਕੀ ਮਰਾਤਾਂ ਕਾਲੀਆਂ, ਡੰਗਦੀਆਂ ਮੈਨੂੰ ਰੁੱਤਾਂ ਪਿਆਰ ਵਾਲੀਆਂ, ਤੇਰੇ ਬਾਜੋ ਜੀ ਨਹੀਂ ਲੱਗਦਾ ਮੈਂ ਤੇ ਮਰ ਗਈ ਹਾਂ। ਜਾ ਸੋਹਣਿਆ ਘਰ ਆ ਜਾ ਸੋਹਣਿਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਫੈਕਟ ਨਿਊਜ਼ ਅਤੇ ਬਾਲੀਵੁੱਡ ਚਿੰਗਾਰੀ, ਮੈਂ ਹਾਂ ਵਿਨੂ ਸ਼ਰਮਾ। ਅੱਜ ਬੜੀ ਹੀ ਪਿਆਰੀ ਐਕਟਰ ਸਾਡੇ ਨਾਲ ਮੌਜੂਦ ਹੈ ਜਿਹਦਾ ਨਾਮ ਹੈ ਅਦਿਤੀ ਆਰਿਆ। ਇਹਨਾਂ ਦਾ ਡੈਬਿਊ ਹੋਇਆ ਸੀ ਰਣਜੀਤ ਬਾਵਾ ਨਾਲ, ਅਤੇ ਹੁਣ ਤਰਸੇਮ ਜੱਸੜ ਦੀ ਮੂਵੀ ਵਿੱਚ ਰਣਜੀਤ ਬਾਵਾ ਦੇ ਓਪੋਜ਼ਿਟ ਹੀ ਨੇ, ਖਾਓ ਪੀਓ ਐਸ਼ ਕਰੋ। ਅਤੇ ਮਿਊਜ਼ਿਕ ਵੀਡੀਓ 'ਚ ਵੀ ਕੰਮ ਕਰ ਚੁੱਕੇ ਨੇ ਕੁਲਵਿੰਦਰ ਬਿੱਲਾ ਜੀ ਨਾਲ, ਖਾਸ ਗੱਲਬਾਤ ਕਰਦੇ ਆ, ਜਾਣਦੇ ਆ ਅਦਿਤੀ ਦੀ ਜਰਨੀ ਕਿਵੇਂ ਰਹੀ ਖਾਸ। ਤੁਹਾਡਾ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ ਫੋਰ ਹੈਵਿੰਗ ਮੀ ਹੇਅਰ। ਅਤੇ ਹੁਣ ਤੱਕ ਦੀ ਜਰਨੀ ਬਹੁਤ ਸੋਹਣੀ ਰਹੀ ਹੈ। ਮੈਂ ਆਪਣਾ ਡੈਬਿਊ ਇਸ ਫਿਲਮ ਨਾਲ ਕੀਤਾ ਸੀਗਾ, ਅਤੇ ਜਦ ਮੈਂ ਫਿਲਮ ਦੀ ਸ਼ੂਟ ਕਰ ਰਹੀ ਸੀਗੀ, ਉਹਦੇ ਨਾਲ ਨਾਲ ਹੀ ਮੈਨੂੰ ਬਾਵਾ ਜੀ ਨੇ, ਕੁਲਵਿੰਦਰ ਬਿੱਲਾ ਜੀ ਨੇ, ਜੱਸਰ ਜੀ ਨੇ, ਹੋਰ ਵੀ ਕਾਫੀ ਸਾਰੇ ਸੋਹਣੇ ਕਲਾਕਾਰ ਹੈ, ਉਹਨਾਂ ਨੇ ਮੈਨੂੰ ਮੌਕਾ ਦਿੱਤਾ ਆਪਣੀ ਵੀਡੀਓ ਦੇ ਵਿੱਚ ਕੰਮ ਕਰਨ ਦਾ। ਅਤੇ ਹੁਣ ਫਿਲਮ ਜਿੱਦਾਂ ਆ ਰਹੀ ਹੈ 1 ਜੁਲਾਈ ਨੂੰ, ਅਤੇ ਅੱਜ ਸਾਡਾ ਪ੍ਰੈਮੀਅਰ ਸੀਗਾ, ਮੈਨੂੰ ਬਹੁਤ ਵਧੀਆ ਲੱਗਿਆ। ਪੂਰੀ ਫਿਲਮ ਬਹੁਤ ਸੋਹਣੀ ਬਣੀ ਹੈ, ਸਾਡੀ ਸਟਾਰ ਕਾਸਟ, ਸਾਡੇ ਡਾਇਰੈਕਟਰ, ਬਹੁਤ ਸੋਹਣੀ ਲਿਖੀ ਆ ਫਿਲਮ, ਅਤੇ ਹਾਲੇ ਤੱਕ ਤਾਂ ਬਹੁਤ ਸੋਹਣਾ ਲੱਗ ਰਿਹਾ ਅਤੇ ਵਧੀਆ ਲੱਗ ਰਿਹਾ। ਤੁਸੀਂ ਓਵਰ ਐਕਸਾਈਟਡ ਹੋਵੋਗੇ ਕਿਉਂਕਿ ਡੈਬਿਊ ਹੋਇਆ ਸੀ ਰਣਜੀਤ ਬਾਵਾ ਨਾਲ, ਹੁਣ ਫਿਲਮ ਵੀ ਤੁਸੀਂ ਉਹਨਾਂ ਨਾਲ ਹੀ ਕੀਤੀ ਆ, ਕੀ ਕਹਿਣਾ ਚਾਹੋਗੇ? ਮੈਨੂੰ ਬਹੁਤ 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 ਵਧੀਆ ਲੱਗ ਰਿਹਾ, ਕਿਉਂਕਿ ਰਣਜੀਤ ਬਾਵਾ ਜੀ ਇੱਕ ਬਹੁਤ ਸੋਹਣੇ ਇਨਸਾਨ ਨੇ, ਇਜ਼ ਅ ਵੈਰੀ ਬਿਊਟੀਫੁਲ ਹਿਊਮਨ ਬੀਂਗ। ਜਿੰਨੇ ਕਿ ਉਹ, ਉਹਨਾਂ ਦਾ ਕਿਰਦਾਰ ਵੱਡਾ ਆ, ਓਨੇ ਕਿ ਉਹ ਡਾਊਨ ਟੂ ਅਰਥ ਹੈ। ਅਤੇ ਮੈਨੂੰ ਜਿੱਦਾਂ ਮੈਂ ਡੈਬਿਊ ਉਹਨਾਂ ਨਾਲ ਕੀਤਾ, ਅਤੇ ਮੈਨੂੰ ਇੱਕ ਵਾਰ ਵੀ ਨਹੀਂ ਲੱਗਿਆ ਕਿ ਯੂ ਨੋ ਮੈਂ ਇੱਕ ਨਿਊ ਕਾਮਰ ਹਾਂ ਜਾਂ ਫਿਰ ਇੱਕ ਨਿਊ ਪਰਸਨ ਆ ਇਨ ਦੀ ਇੰਡਸਟਰੀ। ਉਹਨਾਂ ਨੇ ਮੈਨੂੰ ਇੰਨਾ ਹੈਲਪ ਕੀਤੀ, ਇੰਨੀ ਵਾਰਮਨੈਸ ਦਿੱਤੀ, ਹਰ ਤਰੀਕੇ ਦਾ ਨਾਲ ਮੈਨੂੰ ਸਮਝਾਇਆ ਕਿੱਦਾਂ ਡਾਇਲੋਗ ਡਿਲੀਵਰੀ ਕਰਨੀ ਹੈ, ਕੀ ਐਕਸਪ੍ਰੈਸ਼ਨਸ, ਕਿੱਥੇ ਹਲਕਾ ਰੱਖਣਾ, ਕਿੱਥੇ ਥੋੜ੍ਹਾ ਲਾਊਡ ਹੋਣਾ ਚਾਹੀਦਾ। ਉਹਨਾਂ ਨੇ ਮੈਨੂੰ ਬਹੁਤ ਗਾਈਡ ਕੀਤਾ। ਐਕਟਿੰਗ ਫੀਲਡ ਵਿੱਚ ਕਿਹੜੀ ਚੀਜ਼ ਬੈਸਟ ਰਹੀ ਆਪਣੇ ਆਪ 'ਚ, ਬੀਇੰਗ ਐਨ ਐਕਟਰਸ, ਜੇ ਗੱਲ ਕੀਤੀ ਜਾਵੇ? ਵੈਲ, ਮੈਨੂੰ ਲੱਗਦਾ ਕਿ ਸਾਰਾ ਕੁਝ ਹੀ ਬਹੁਤ ਬਿਊਟੀਫੁਲ ਹੈ। ਮੇਰਾ ਹਮੇਸ਼ਾ ਤੋਂ ਇੱਕ ਡ੍ਰੀਮ ਸੀਗਾ ਕਿ ਦੈਟ ਆਈ ਸ਼ੁੱਡ ਕਮ ਔਨ ਦਾ ਸਿਲਵਰ ਸਕਰੀਨ, ਮੈਂ 70 mm 'ਤੇ ਆਉਣਾ। ਅਤੇ ਆਈ ਗੈਸ ਜਿਹੜਾ ਵੀ ਸਾਰਾ ਪ੍ਰੋਸੈਸ ਹੁੰਦਾ ਹੈ, ਫਰੋਮ ਯੋਰ ਫਿਟਨੈਸ ਟੂ ਯੋਰ ਫਿਟਿੰਗਸ ਟੂ ਯੋਰ ਕੋਸਟਿਊਮਸ ਟੂ ਯੋਰ ਯੂ ਨੋ ਮੇਕਅਪ, ਇਟਸ ਅ ਕੰਪਲੀਟ ਪ੍ਰੋਸੈਸ, ਔਰ ਹਰ ਪ੍ਰੋਸੈਸ ਹੀ ਬਹੁਤ ਖੂਬਸੂਰਤ ਹੁੰਦਾ। ਜੇਕਰ ਗੱਲ ਕਰੀਏ ਆਪਾਂ ਟਾਸਕ ਦੀ, ਚੈਲੇਂਜ ਦੀ, ਕੀ ਰਿਹਾ ਸਭ ਤੋਂ ਵੱਡਾ ਚੈਲੇਂਜ ਤੁਹਾਡਾ ਇਸ ਮੂਵੀ ਦੇ ਦੌਰਾਨ? ਕਿਉਂਕਿ ਮੂਵੀ ਆਪਣੇ ਆਪ 'ਚ ਕਾਮੇਡੀ ਮੂਵੀ, ਫੁੱਲ ਐਂਟਰਟੇਨਮੈਂਟ ਮੂਵੀ ਹੈ, ਫੁੱਲ ਪੈਕੇਜ ਹੈ, ਮਤਲਬ ਇਹੋ ਜਿਹੀ ਫਿਲਮ ਹੈ ਜਿਹਨੂੰ ਪਰਿਵਾਰ ਵਿੱਚ ਬੈਠ ਕੇ ਦੇਖ ਸਕਦਾ ਹੈ, ਖਾਓ ਪੀਓ ਐਸ਼ ਕਰੋ। ਜੀ, ਮੇਰੇ ਲਈ ਸਭ ਤੋਂ ਜ਼ਿਆਦਾ ਚੈਲੇਂਜਿੰਗ ਸੀਗਾ ਕਿ ਨਾ ਹੱਸਣਾ, ਕਿਉਂਕਿ ਸਾਡੀ ਪੂਰੀ ਫਿਲਮ ਬਹੁਤ ਹੀ ਕਾਮੇਡੀ ਫਿਲਮ ਹੈਗੀ ਆ, ਅਤੇ ਇੱਕ ਇੱਕ ਲਾਈਨ 'ਤੇ ਪੰਚ ਆਉਂਦੇ ਆ, ਬਹੁਤ ਹਾਸਾ ਆਉਂਦਾ। ਆਪਣਾ ਹਾਸਾ ਕੰਟਰੋਲ ਕਰਨਾ ਵਾਜ਼ ਵਨ ਆਫ ਦ ਮੋਸਟ ਡਿਫੀਕਲਟ ਟਾਸਕ। ਅਤੇ ਜਿੰਨੇ ਸ਼ਰਾਰਤੀ ਬਾਵਾ ਜੀ ਹੈਗੇ ਆ, ਅਤੇ ਜਿੰਨੀਆਂ ਰੌਣਕਾਂ ਅਤੇ ਮੇਲੇ ਹੋਰ ਲਾ ਕੇ ਰੱਖਦੇ ਆ ਸੈੱਟ 'ਤੇ, ਉਹ ਤਾਂ ਅਨਦਰ ਲੈਵਲ ਫਨ ਸੀਗਾ। ਅਤੇ ਇਹੀ ਹੁੰਦਾ ਸੀਗਾ ਕਿ ਹਾਂਜੀ ਬਹੁਤ ਸੋਹਣੀ ਫਿਲਮ ਕਰ ਰਹੇ ਹਾਂ, ਵੱਡੇ ਡਾਇਰੈਕਟਰ ਨਾਲ ਕਰ ਰਹੇ ਹਾਂ, ਕਿ ਹਾਸਾ ਨਾ ਨਿਕਲ ਜਾਏ ਕਰਦੇ ਕਰਦੇ ਜਾਂ ਕੁਛ ਇਹੋ ਜਿਹਾ ਨਾ ਹੋ ਜਾਏ। ਦਿਸ ਵਾਜ਼ ਦ ਓਨਲੀ ਚੈਲੰਜ, ਬਾਕੀ ਮੈਨੂੰ ਲੱਗਦਾ ਕਿ ਬਹੁਤ ਫਲੋਲੈਸਲੀ ਸਾਰਾ ਕੁਛ ਹੋਇਆ, ਫਰੋਮ ਡਾਇਲੋਗਸ ਟੂ ਸੀਨਸ ਟੂ ਸਾਰਾ ਕੁਛ ਬਹੁਤ ਸੋਹਣੇ ਤਰੀਕੇ ਨਾਲ ਨਿਭਾਇਆ ਗਿਆ। ਜੇਕਰ ਤੁਹਾਡੇ ਫੇਵਰੇਟ ਜੋਨਰ ਦੀ ਗੱਲ ਕਰੀਏ ਐਕਟਿੰਗ ਵਿੱਚ, ਕਿਹੜਾ ਫੇਵਰੇਟ ਜੋਨਰ ਹੈ? ਰੋਮਾਂਟਿਕ ਹੈ, ਇੰਟੈਂਸ ਹੈ, ਕੀ ਆ? ਵੈਲ, ਮੈਨੂੰ ਲੱਗਦਾ ਕਿ ਮੈਂ ਇੱਕ ਇਹੋ ਜਿਹੀ ਐਕਟਰਸ ਹਾਂ ਜਿਹੜਾ ਸਾਰਾ ਕੁਛ ਕਰ ਸਕਦੀ ਹੈ। ਇਹ ਓਵਰ ਕੌਨਫੀਡੈਂਸ ਨਹੀਂ ਹੈਗਾ,
ਕੌਨਫੀਡੈਂਸ ਲਾ ਲਓ ਤੁਸੀਂ, ਅਤੇ ਮੈਨੂੰ ਲੱਗਦਾ ਕਿ ਆਈ ਐਮ ਕੇਪੇਬਲ ਫੋਰ ਐਵਰੀਥਿੰਗ, ਚਾਹੇ ਤੁਸੀਂ ਮੇਰੇ ਤੋਂ ਐਕਟਿੰਗ ਕਰਾ ਲਓ ਕੋਈ ਬਹੁਤ ਹੀ ਸੀਰੀਅਸ ਕਰੈਕਟਰ ਜਾਂ ਰੋਲ ਦੀ, ਚਾਹੇ ਤੁਸੀਂ ਮੇਰੇ ਤੋਂ ਕੋਮੇਡੀ ਕਰਾ ਲਓ, ਚਾਹੇ ਤੁਸੀਂ ਮੈਨੂੰ ਪੁਲਿਸ ਆਫਿਸਰ ਬਣਾ ਦਿਓ, ਚਾਹੇ ਤੁਸੀਂ ਮੈਨੂੰ ਭਿਖਾਰੀ ਬਣਾ ਦਿਓ, ਆਈ ਕੈਨ ਡੂ ਐਨੀਥਿੰਗ ਬਿਕੋਜ਼ ਮੈਂ ਟ੍ਰੇਨਿੰਗ ਬਹੁਤ ਜ਼ਿਆਦਾ ਲਿੱਤੀ ਹੈ ਬਿਫੋਰ ਕਮਿੰਗ ਇਨ ਟੂ ਦੀ ਐਕਟਿੰਗ ਇੰਡਸਟਰੀ. ਮੈਂ ਪ੍ਰੋਪਰ ਥੀਏਟਰ ਕਲਾਸਿਸ ਲਿੱਤੀ ਹੈ, ਫਿਰ ਮੈਥਡ ਐਕਟਿੰਗ ਸਿੱਖੀ ਹੈ, ਅਤੇ ਆਈ ਹੈਡ ਮਲਟੀਪਲ ਟ੍ਰੇਨਰਸ ਬਿਫੋਰ ਦਿਸ. ਇਸ ਤੋਂ ਪਹਿਲਾਂ ਵੀ ਕੋਮੇਡੀ ਫਿਲਮ 'ਚ ਕੰਮ ਕਰ ਚੁੱਕੇ ਹੋ ਆਪੇ ਬੈਂਡ ਸਾਪੇ ਸ਼ਰਾਨ ਸਿੰਘ ਨਾਲ, ਅਤੇ ਹੁਣ ਵੀ ਕੋਮੇਡੀ ਫਿਲਮ ਕੀਤੀ ਹੈ, ਆਪਣੇ ਆਪ 'ਚ ਇੱਕ ਅਲੱਗ ਤਰ੍ਹਾਂ ਦਾ ਐਕਸਪੀਰੀਅੰਸ ਹੈ. ਕੀ ਕਹਿਣਾ ਚਾਹੋਗੇ, ਦੋਨੇ ਜੋਨਸ ਅਲੱਗ ਨੇ, ਦੋਨੋਂ ਐਕਟਰਸ ਅਲੱਗ ਨੇ. ਮੈਨੂੰ ਲੱਗਦਾ ਕਿ ਫਿਲਮ ਕੋਮੇਡੀ ਤਾਂ ਸੀਗੀ ਹੋਈ ਸੀਗੀ, ਪਰ ਦੋਨੋਂ ਦੇ ਜਿਹੜੇ ਕਰੈਕਟਰ ਸੀਗੇ, ਇੱਥੇ ਜਿੱਦਾਂ ਮੈਂ ਸੁਖਮਿਨੀ ਪਲੇ ਕਰ ਰਹੀ ਹਾਂ, ਉਹ ਕਰੈਕਟਰ ਬਹੁਤ ਅਲੱਗ ਸੀਗਾ, ਉੱਥੇ ਮੈਂ ਕੋਈ ਹੋਰ ਕਰੈਕਟਰ ਪਲੇ ਕਰ ਰਹੀ ਸੀਗੀ, ਉਹ ਕਰੈਕਟਰ ਵੀ ਬਹੁਤ ਸੋਹਣਾ ਸੀਗਾ. ਅਤੇ ਮੈਨੂੰ ਲੱਗਦਾ ਕਿ ਮੈਨੂੰ ਦੋਨੋਂ ਕੋਮੇਡੀ ਫਿਲਮਾਂ 'ਚੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ, ਅਤੇ ਆਈ ਲੁੱਕ ਫੋਰਵਰਡ ਕਿ ਅਸੀਂ ਬਹੁਤ ਕੁਝ ਹੋਰ ਵੀ ਸਿੱਖੀਏ. ਤੁਸੀਂ ਲੱਕੀ, ਤੁਹਾਨੂੰ ਕਿਹਾ ਜਾ ਸਕਦਾ, ਪਹਿਲਾਂ ਤੁਸੀਂ ਰਣਜੀਤ ਬਾਵਾ ਨਾਲ ਡੈਬਿਊ ਕੀਤਾ, ਠੀਕ ਹੈ, ਹੁਣ ਰਣਜੀਤ ਬਾਵਾ ਨਾਲ ਫਿਲਮ ਕੀਤੀ ਹੈ, ਅਤੇ ਮਿਊਜ਼ਿਕ ਵੀਡੀਓ ਵੀ ਕੁਲਵਿੰਦਰ ਬਿੱਲਾ ਨਾਲ ਕੀਤਾ, ਦੋ ਵੱਡੇ ਨਾਮ ਨੇ ਇੰਡਸਟਰੀ ਦੇ, ਰਣਜੀਤ ਬਾਵਾ ਅਤੇ ਕੁਲਵਿੰਦਰ ਬਿੱਲਾ. ਹਾਂਜੀ ਹਾਂਜੀ ਬਿਲਕੁਲ, ਮੈਂ ਲੱਕੀ ਹਾਂ, ਸਾਰਾ ਕੁਝ ਰੱਬ ਦਾ ਕਰਾਇਆ ਹੀ ਹੈ, ਜੇ ਰੱਬ ਨਾ ਹੋਵੇ ਅਸੀਂ ਸਾਹ ਵੀ ਨਾ ਲੈ ਸਕੀਏ, ਅਤੇ ਮੈਨੂੰ ਲੱਗਦਾ ਕਿ ਰੱਬ ਮੇਰੇ ਅੰਗ ਸੰਗ ਖੜਿਆ, ਮੈਨੂੰ ਸਪੋਰਟ ਕਰਨ ਲਈ, ਮੈਨੂੰ ਪਿਆਰ ਕਰਨ ਲਈ, ਮੈਨੂੰ ਸਹੀ ਰਸਤੇ 'ਤੇ ਸਹੀ ਗਾਈਡੈਂਸ ਦੇਣ ਲਈ, ਅਤੇ ਮੈਨੂੰ ਆਟੋਮੈਟਿਕਲੀ ਵਧੀਆ ਲੋਕਾਂ ਨਾਲ ਮਿਲਾ ਦਿੰਦਾ, ਅਤੇ ਬਹੁਤ ਖੂਬਸੂਰਤ ਜਿਹੀ ਚੀਜ਼ ਆਪਾਂ ਇਕੱਠੇ ਪਲਾਨ ਕਰਦੇ ਹਾਂ ਅਤੇ ਨਿਕਲ ਕੇ ਬਾਹਰ ਆਉਂਦੀ ਹੈ. ਥੋੜੀ ਫਿਲਮਾਂ ਖਾਓ ਵੀ ਐਸ਼ ਕਰੋ 1 ਤਰੀਕ ਨੂੰ ਰਿਲੀਜ਼ ਹੋ ਰਹੀ ਹੈ, ਕੋਈ ਯਾਦ ਤਾਜ਼ਾ ਹੋਈ ਇਸ ਫਿਲਮ ਦੇ ਜ਼ਰੀਏ, ਕਿਉਂਕਿ ਮਸਤੀ ਵਾਲੀ ਫਿਲਮ ਹੈ. ਹਾਂਜੀ ਹਾਂ ਬਿਲਕੁਲ, ਇਹਦੇ ਵਿੱਚ ਇੱਕ ਇੱਕ ਦਿਨ ਐਡਾ ਕੁ ਯਾਦਗਾਰ ਹੈ, ਕਿਉਂਕਿ ਅਸੀਂ ਇੰਨਾ ਮਜ਼ਾ ਕੀਤਾ ਸੈੱਟ 'ਤੇ, ਇਟ ਵਾਜ਼ ਸੱਚ ਅ ਬਿਊਟੀਫੁਲ ਐਕਸਪੀਰੀਅੰਸ. ਕਿਉਂਕਿ ਇੱਕ ਹੁੰਦਾ ਕਿ ਛੋਟੀ ਸਟਾਰਕਾਸਟ ਹੁੰਦੀ ਆ, ਜਦ ਬਹੁਤ ਮਲਟੀਪਲ ਸਟਾਰਕਾਸਟ ਟੀਮ ਹੁੰਦੀ ਹੈ ਉਹਦੇ ਵਿੱਚ ਜ਼ਿਆਦਾ ਰੌਣਕਾਂ ਲੱਗਦੀਆਂ, ਕਿਉਂਕਿ ਹਰ ਅਲੱਗ ਅਲੱਗ ਜੋਨਰ ਦਾ ਬੰਦਾ ਹੁੰਦਾ, ਕੋਈ ਹਾਸੇ ਜ਼ਿਆਦਾ ਪਾਉਂਦਾ, ਕੁਝ ਸੀਰੀਅਸ ਜ਼ਿਆਦਾ ਰਹਿੰਦਾ, ਕੁਝ ਘੱਟ ਬੋਲਦਾ, ਕੁਝ ਬਹੁਤ ਜ਼ਿਆਦਾ ਬੋਲਦਾ, ਹੈ ਨਾ. ਅਤੇ ਹਰ ਚੀਜ਼ ਦਾ ਬਹੁਤ ਸੋਹਣਾ ਐਕਸਪੀਰੀਅੰਸ ਸੀਗਾ, ਅਤੇ ਮੈਂ ਇੱਦਾਂ ਨਹੀਂ ਕਹਿ ਸਕਦੀ ਕਿ ਇੱਕ ਦਿਨ ਬਹੁਤ ਵਧੀਆ ਸੀ ਜਾਂ ਦੂਜਾ ਦਿਨ ਨਹੀਂ ਸੀ. ਮੈਨੂੰ ਲੱਗਦਾ ਮੇਰਾ ਇੱਕ ਇੱਕ ਦਿਨ, ਇੱਕ ਇੱਕ ਘੰਟਾ ਉੱਥੇ, ਇੱਕ ਇੱਕ ਸੈਕਿੰਡ ਸਕਿੰਟ ਮਿੰਟ ਬਹੁਤ ਯਾਦਗਾਰ ਸੀ. ਅਦਿਤੀ ਆ ਰਹੇ, ਉਹਨੂੰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣਾ ਕਿੰਨਾ ਪਸੰਦ ਆ, ਮਤਲਬ ਕਿੰਨਾ ਕੁ ਐਕਟਿਵ ਰਹਿੰਦੇ ਤੁਸੀਂ ਆਪਣੇ ਫੈਨਸ ਨਾਲ, ਕਿੰਨਾ ਕੁ ਇੰਟਰੈਕਟ ਕਰਦੇ ਹੋ? ਹਾਲਾਂਕਿ ਥੋੜ੍ਹਾ ਔਖਾ ਹੈ ਕਿ ਇੰਨਾ ਹੈਕਟਿਕ ਸ਼ਡਿਊਲ ਆਪਾਂ ਸੈਲੀਬ੍ਰਿਟੀਆਂ, ਬਟ ਜੇਕਰ ਨੋਰਮਲ ਲਾਈਫ ਦੀ ਗੱਲ ਕਰੀਏ, ਕਿੰਨਾ ਕੁ ਸੋਸ਼ਲ ਮੀਡੀਆ ਤੁਸੀਂ ਐਕਟਿਵ ਰਹਿੰਦੇ? ਵੈਲ, ਮੈਨੂੰ ਲੱਗਦਾ ਕਿ ਮੈਂ ਬਹੁਤ ਜ਼ਿਆਦਾ ਟਾਈਮ ਦਿੰਦੀ ਹਾਂ ਸੋਸ਼ਲ ਮੀਡੀਆ ਨੂੰ, ਜਿਹੜੀ ਕਿ ਗੱਲ ਗਲਤ ਹੈ ਮੇਰੇ ਪਰਸਨਲ ਲਾਈਫ ਲਈ, ਪਰ ਮੈਨੂੰ ਲੱਗਦਾ ਕਿ ਕਿਉਂਕਿ ਮੇਰਾ ਕੰਮ ਹੀ ਲੋਕਾਂ ਨਾਲ ਹੈ, ਅਤੇ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਉਣੀ ਸਭ ਤੋਂ ਮੁਸ਼ਕਿਲ ਚੀਜ਼ ਹੁੰਦੀ ਹੈ, ਅਤੇ ਮੈਂ ਬਹੁਤ ਕੋਸ਼ਿਸ਼ ਕਰ ਰਹੀ ਹਾਂ ਕਿ ਤੁਸੀਂ ਥੋੜ੍ਹੀ ਜਿਹੀ ਜਗ੍ਹਾ ਆਪਣੇ ਦਿਲ ਦੇ ਵਿੱਚ ਮੈਨੂੰ ਦੇ ਸਕੋ, ਅਤੇ ਉਹਦੇ ਲਈ ਮੈਂ ਪੂਰੀ ਕੋਸ਼ਿਸ਼ ਕਰਦੀ ਹਾਂ ਕਿ ਮੈਂ ਬਹੁਤ ਜ਼ਿਆਦਾ ਐਕਟਿਵ ਰਹਾਂ, ਤੁਹਾਡੇ ਨਾਲ ਗੱਲ ਕਰਾਂ, ਤੁਹਾਡੇ ਕਮੈਂਟਸ 'ਤੇ ਰਿਪਲਾਈ ਕਰਾਂ, ਤੁਹਾਡੀ ਰਿਕੁਐਸਟ ਐਕਸੈਪਟ ਕਰਾਂ, ਅਤੇ ਹਾਂਜੀ ਕਰ ਰਹੇ ਹਾਂ, ਕੋਸ਼ਿਸ਼ ਵਧੀਆ ਚੱਲ ਰਹੀ ਹੈ. ਕਿ ਕਈ ਵਾਰ ਫੇਕ ਅਕਾਊਂਟ ਬਣਾ ਲੈਂਦੇ ਨੇ ਫਿਲਮ ਸਟਾਰਸ ਦਾ, ਉਹਨਾਂ ਨੂੰ ਕੀ ਕਹਿਣਾ ਚਾਹੋਗੇ, ਉਹਨਾਂ ਨੂੰ ਕਿਸ ਤਰੀਕੇ ਨਾਲ ਦੇਖ? ਮੈਂ ਕਹਿੰਦੀ ਬਹੁਤ ਵਧੀਆ ਗੱਲ ਹੈ, ਚਾਰ ਤੁਸੀਂ ਹੋਰ ਫੇਕ ਅਕਾਊਂਟ ਬਣਾ ਲਓ, ਅਤੇ ਉਹਦੇ ਉੱਤੇ ਲਿਖਵਾ ਲਓ ਅਦਿੱਤੀ ਆ ਰਿਹਾ ਸਪੈਨ, ਜਾਂ ਫਿਰ ਟੀਮ ਅਦਿੱਤੀ ਆ ਰਿਹਾ. ਅਕਾਊਂਟ ਹੈਕ ਹੋਣ ਦਾ ਬਹੁਤ ਸਾਰੇ ਰਿਸਕ ਨੇ? ਨਹੀਂ ਨਹੀਂ ਮੈਨੂੰ ਨਹੀਂ ਲੱਗਦਾ, ਤੁਹਾਡੇ ਕੋਲ ਇੱਕ ਵਧੀਆ ਪੀ ਆਰ ਟੀਮ ਹੋਣੀ ਚਾਹੀਦੀ ਹੈ ਉਹ ਸਾਰਾ ਕੁਝ ਮੈਨੇਜ ਕਰਨ ਲਈ, ਮੈਨੂੰ ਲੱਗਦਾ ਫਿਰ ਸਾਰਾ ਕੁਝ ਸੌਖਾ. ਬਾਕੀ ਜੇ ਲੋਕ ਜਿਹੜੇ ਹੈਕ ਕਰ ਹੀ ਲੈਂਦੇ ਹੈ ਨਾ, ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗੀ, ਪਲੀਜ਼ ਯਾਰ ਮੇਰਾ ਨਾ ਕਰਿਓ, ਮੈਂ ਬਹੁਤ ਮਿਹਨਤ ਕੀਤੀ ਆ. ਇਹਨਾਂ ਦਾ ਅਕਾਊਂਟ ਨਹੀਂ ਹੈਕ ਕਰਨਾ, ਇਹਨਾਂ ਨੇ ਬਹੁਤ ਹਾਰਡ ਵਰਕ ਕੀਤਾ. ਹਾਂਜੀ, ਅਤੇ ਤੁਸੀਂ ਕਿਹਾ ਕਿ ਤੁਸੀਂ ਹਰ ਕਿਸਮ ਦੀ ਐਕਟਿੰਗ ਕਰ ਸਕਦੇ ਹੋ, ਭਾਵੇਂ ਭਿਖਾਰੀ ਆ, ਭਾਵੇਂ ਕੁਛ ਵੀ ਹੈ, ਛੋਟਾ ਟਾਸਕ ਦਿੰਦਾ, ਕੋਈ ਵੀ ਐਕਟ ਕਰ ਦਿਓ. ਜੀ, ਮੈਂ ਇਸੀ ਚੀਜ਼ ਨੂੰ ਇਹ ਕਹਿਣਾ ਚਾਹੂੰਗੀ ਕਿ ਦੇਖੋ, ਮੈਂ ਬਹੁਤ ਮੁਸ਼ਕਿਲ ਨਾਲ ਬਹੁਤ ਮਿਹਨਤ ਕੀਤੀ ਹੈ ਆਪਣੀ ਫਿਲਮ ਦੇ ਲਈ, ਅਤੇ ਜੇ ਤੁਸੀਂ ਮੇਰੀ ਐਕਟਿੰਗ ਦੇਖਣਾ ਚਾਹੋਗੇ, ਤੁਸੀਂ ਸਾਰੇ ਪਲੀਜ਼ ਆਪਣੀ ਟਿਕਟਾਂ ਅੱਜ ਹੀ ਹੁਣੇ ਇਸੇ ਵਕਤ ਬੁੱਕ ਕਰਾਓ, ਅਤੇ ਮੇਰੀ ਫਿਲਮ ਰਿਲੀਜ਼ ਹੋ ਰਹੀ ਹੈ 1 ਜੁਲਾਈ ਨੂੰ, ਅਤੇ ਤੁਸੀਂ ਦੇਖ ਕੇ ਆਓ, ਅਤੇ ਮੈਂ ਬਹੁਤ ਸਾਰੀ ਐਕਟਿੰਗ ਕੀਤੀ ਹੈ ਉੱਥੇ, ਦੇਖ ਕੇ ਮੈਨੂੰ ਦੱਸਿਓ ਕਿਹੋ ਜਿਹੀ ਲੱਗੀ. ਤੁਸੀਂ ਗੱਲ ਘੁਮਾ ਗਈ, ਮੈਂ ਤੁਹਾਨੂੰ ਔਨ ਕੈਮਰਾ ਗਈ ਸੀ ਐਕਟਿੰਗ ਵਾਲੀ, ਤੁਸੀਂ ਗੱਲ ਹੀ ਘੁਮਾਤੀ ਕਿ ਮੇਰੀ ਫਿਲਮ ਦੇਖਣ? ਐਕਚੁਲੀ ਮੈਂ ਇੰਨਾ ਸੋਹਣਾ ਮੇਕਅਪ ਕਰ ਰੱਖਿਆ, ਅਤੇ ਇੰਨੀ ਸੋਹਣੀ ਮੈਂ ਆਊਟਫਿਟ ਪਾ ਰੱਖੀ ਹੈ, ਮੈਨੂੰ ਲੱਗਦਾ ਕਿ ਮੈਂ ਜੇ ਇੰਟੈਂਸ ਕਰ ਦੱਸੋ ਕੀ ਕਰਨਾ, ਇਮੋਸ਼ਨਲ ਕੁਛ ਇਮੋਸ਼ਨਲ ਹੋਏ, ਪਲੀਜ਼ ਤੁਸੀਂ ਜਾ ਕੇ ਮੇਰੀ ਫਿਲਮ ਦੇਖ ਕੇ ਆਇਓ, ਖਾਓ ਪੀਓ ਐਸ਼ ਕਰੋ, ਮੇਰੇ ਕਲੇਜੇ ਨੂੰ ਠੰਡ ਪੈ ਜਾਣੀ ਆ. ਕੋਮੇਡੀ ਸਬਜੈਕਟ ਇਮੋਸ਼ਨਲ, ਉਹੀ ਆ ਤੁਸੀਂ ਮੈਨੂੰ ਕਹੇ ਸੀ ਇਮੋਸ਼ਨਲ ਕਰਨ ਨੂੰ, ਅਸੀਂ ਕੁਛ ਇਮੋਸ਼ਨਲ ਕਰ ਲਿਆ. ਐਕਸਪੈਰੀਮੈਂਟ ਬਹੁਤ ਹੋ ਰਹੇ ਨੇ ਇੰਡਸਟਰੀ ਵਿੱਚ, ਭਾਵੇਂ ਸਿੰਗਿੰਗ ਹੈ, ਭਾਵੇਂ ਐਕਟਿੰਗ ਹੈ, ਕਿਸ ਤਰ੍ਹਾਂ ਦਾ ਐਕਸਪੈਰੀਮੈਂਟ 'ਚ ਬਿਲੀਵ ਕਰਦੇ ਹੋ, ਕਿੱਥੋਂ ਤੱਕ ਸਹੀ ਐਕਸਪੈਰੀਮੈਂਟ? ਮੈਨੂੰ ਲੱਗਦਾ ਕਿ ਸਾਡੀ ਸਿਨੇਮਾ ਇੱਕ ਇਹੋ ਜਿਹੀ ਮਾਧਿਅਮ ਹੈ ਲੋਕਾਂ ਤੱਕ ਮੈਸੇਜਿਸ ਜਾਂ ਕੋਈ ਵੀ ਤਰੀਕੇ ਦੀ ਅਵੇਅਰਨੈਸ ਸਪਰੈਡ ਕਰਨ ਦਾ, ਕਿ ਅਸੀਂ ਜਿੰਨਾ ਵੀ ਆਪਣੀ ਸੋਚ ਨੂੰ ਬਹੁਤ ਵਾਈਡ ਕਰਕੇ ਸੋਚੀਏ, ਅਤੇ ਹਰ ਤਰੀਕੇ ਨਾਲ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਆਈਏ, ਅਤੇ ਬਹੁਤ ਐਕਸਪੈਰੀਮੈਂਟਲ ਹੋਈਏ, ਉਨਾ ਕੀ ਅੱਛਾ, ਉਨਾ ਕੀ ਆਡੀਅੰਸ ਲਈ ਇੱਕ ਨਵਾਂ
ਮੈਨੂੰ ਲੱਗਦਾ ਅੱਗੇ ਉਹ ਫਿਲਮ ਆਉਣੀ ਆ ਜਿਹਦੇ ਵਿੱਚ ਮੈਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਮਿਲੇਗਾ, ਕਿਉਂਕਿ ਮੈਨੂੰ ਵੇਰੀਏਸ਼ਨ ਰੋਲਜ਼ ਬਹੁਤ ਪਸੰਦ ਆ। ਜਦੋਂ ਇੱਕ ਬਾਇਓਪਿਕ ਹੁੰਦੀ ਆ ਮੈਨੂੰ ਬਾਇਓਪਿਕ ਕਰਨਾ ਬਹੁਤ ਵਧੀਆ ਲੱਗੇਗਾ, ਕਿਉਂਕਿ ਉਹਦੇ ਵਿੱਚ ਬਹੁਤ ਵੇਰੀਏਸ਼ਨਸ ਹੁੰਦੀਆਂ। ਕਾਮੇਡੀ ਫਿਲਮ ਜਾਂ ਰੋਮਾਂਟਿਕ ਫਿਲਮਸ ਵਿੱਚ ਮੈਨੂੰ ਲੱਗਦਾ ਘੱਟ ਵੇਰੀਏਸ਼ਨਸ ਹੁੰਦੀਆਂ ਐਸ ਕੰਪੇਅਰ ਟੂ ਅ ਬਾਇਓਪਿਕ ਜਾਂ ਫਿਰ ਇੱਕ। ਜਿੱਦਾਂ ਤੁਸੀਂ ਬਾਇਓਪਿਕ ਦੀ ਗੱਲ ਕੀਤੀ, ਜੇਕਰ ਅਜੇ ਅਪੋਰਚੁਨਿਟੀ ਮਿਲਦੀ ਹੈ ਭਵਿੱਖ 'ਚ ਕਿਸ ਦੀ ਬਾਇਓਪਿਕ ਕਰਨਾ ਚਾਹੋਗੇ? ਮੈਂ ਕਿਰਨ ਬੇਦੀ ਜੀ ਦੀ ਬਾਇਓਪਿਕ ਕਰਨਾ ਚਾਹੂੰਗੀ, ਅਤੇ ਇਹੋ ਜਿਹੇ ਹੋਰ ਵੀ ਬਹੁਤ ਸੋਹਣੇ ਕਲਾਕਾਰ ਹੈਗੇ ਆ, ਸਪੈਸੀਫਿਕਲੀ ਉਹ ਔਰਤਾਂ ਜਿਨ੍ਹਾਂ ਨੇ ਸਾਡੇ ਸਮਾਜ ਲਈ ਬਹੁਤ ਕੁਛ ਵਧੀਆ ਕੀਤਾ ਆ। ਇਧਰ ਕਾਲ ਇਟ ਮਦਰ ਟੈਰੇਸਾ, ਕਿਰਨ ਬੇਦੀ ਜੀ, ਬਹੁਤ ਸਾਰੇ ਇਹੋ ਜਿਹੇ ਨੇ। ਮੈਂ ਇੱਕ ਨਾਮ ਲਵਾਂ ਤਾਂ ਸ਼ਾਇਦ ਇਹ ਜਸਟੀਫਾਈਡ ਨਹੀਂ ਹੋਊਗਾ, ਬਟ ਹਾਂਜੀ ਮੈਂ ਜ਼ਰੂਰ ਇੱਕ ਇਹੋ ਜਿਹੇ ਕਰੈਕਟਰ ਦਾ ਬਾਇਓਪਿਕ ਕਰਨਾ ਚਾਹੂੰਗੀ ਜਿਹੜੀ ਸਾਡੀ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਇੰਪੋਰਟੈਂਟ ਅਤੇ ਬਹੁਤ ਅਹਿਮ ਜਗ੍ਹਾ ਰੱਖਦੇ ਆ। ਇੰਡਸਟਰੀ ਦੇ ਅਜੇ ਕਿਹੜੀ ਚੀਜ਼ ਆ ਜਿਹੜੀ ਤੁਹਾਨੂੰ ਇੰਸਪਾਇਰ ਕਰਦੀ ਹੈ? ਓ ਗੋਡ, ਕਿਹੋ ਜਿਹੀ ਚੀਜ਼ ਹੈ? ਇੱਕ ਹੁੰਦੀ ਤਾਂ ਦੱਸਦੀ, ਇੰਸਪੀਰੇਸ਼ਨ ਮਿਲਦੀ ਹੈ, ਕਹਿੰਦੇ ਨਾ ਕਿਸੇ ਚੀਜ਼ ਨੂੰ ਦੇਖ ਕੇ ਆਪਾਂ ਮੋਟੀਵੇਟ ਹੁੰਦੇ ਹਾਂ ਕਾਇੰਡ ਆਫ। ਐਕਚੁਲੀ ਜਦ ਮੈਂ ਛੋਟਾ ਮਤਲਬ ਵੈਨ ਆਈ ਵਾਜ਼ ਯੰਗ, ਜਦ ਮੈਂ ਛੋਟੀ ਹੁੰਦੀ ਸੀਗੀ, ਮੈਂ ਸਿਨੇਮਾ ਘਰ ਦੇ ਵਿੱਚ ਜਾਣਾ ਅਤੇ ਮੈਂ ਦੇਖਣਾ, ਅਤੇ ਮੈਨੂੰ ਇਹ ਬਹੁਤ ਅਫੈਕਟ ਕਰਦੀ ਸੀਗੀ ਕਿ ਇੱਕ ਸਿਰਫ ਇੱਕ 3 ਘੰਟੇ ਦੀ ਫਿਲਮ ਦੇਖ ਕੇ ਕਿੱਦਾਂ ਮੈਂ ਆਪਣੀ ਆਉਣ ਵਾਲੇ 1 ਮਹੀਨਾ 2 ਮਹੀਨਾ 6 ਮਹੀਨਾ ਪਲਾਨ ਕਰਦੀ ਸੀਗੀ, ਕਿੱਦਾਂ ਰਹਿਣਾ, ਕਿੰਨਾ ਕਿੱਦਾਂ ਬਹਿਣਾ, ਕਿੱਦਾਂ ਖਾਣਾ, ਅਤੇ ਅਬਜ਼ਰਵ ਕਰਦੀ। ਇਹ ਮਤਲਬ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਘਰ ਜਾਂਦੀ ਹੈ ਚੀਜ਼ ਜਿਹੋ ਜਿਹੀ ਆਪਾਂ ਉਹਨਾਂ ਨੂੰ ਦਿਖਾਉਣਾ ਚਾਹੁੰਦੇ ਹਾਂ, ਅਤੇ ਮੈਨੂੰ ਲੱਗਦਾ ਕਿ ਸਿਨੇਮਾ ਇੱਕ ਉਹ ਜਿਹਾ ਮੀਡੀਅਮ ਹੈ ਜਿਹਦੇ ਵਿੱਚ ਬਹੁਤ ਅਵੇਅਰਨੈਸ ਆਪਾਂ ਕ੍ਰੀਏਟ ਕਰ ਸਕਦੇ ਹਾਂ ਲੋਕਾਂ ਲਈ। ਅਤੇ ਮੈਨੂੰ ਇਹੀ ਚੀਜ਼ ਬਹੁਤ ਅਟਰੈਕਟ ਕੀਤੀ ਕਿ ਜੇ ਤੁਸੀਂ ਮਤਲਬ ਜੇ ਤੁਸੀਂ ਕੁਝ ਕਰਨਾ ਆਪਣੀ ਜ਼ਿੰਦਗੀ ਦੇ ਵਿੱਚ, ਯੂ ਸ਼ੁੱਡ ਹੈਵ ਅ ਵੇ ਟੂ ਇਟ, ਅਤੇ ਮੈਂ ਆਪਣਾ ਵੇ ਇੰਡਸਟਰੀ ਨਾਲ ਲੱਭਿਆ। ਅੱਜ ਕੱਲ੍ਹ ਕੁੜੀਆਂ ਨੂੰ ਨਾ ਫਿਲਮ 'ਚ ਸ਼ੋਅ ਪੀਸ ਦੀ ਤਰ੍ਹਾਂ ਯੂਜ਼ ਕੀਤਾ ਜਾਂਦਾ ਕਿ ਉਹ ਗਲੈਮਰ ਦਿਖਦੇ ਆ ਤਾਂ ਸ਼ੋਅ ਪੀਸ ਦੀ ਤਰ੍ਹਾਂ ਦਿਖਾਓ, ਇਹ ਚੀਜ਼ ਗਲਤ ਹੈ ਕਿਤੇ ਨਾ ਕਿਤੇ। ਜੇ ਕੋਈ ਹਾਰਡਵਰਕ ਕਰਕੇ ਅੱਗੇ ਵਧਣਾ ਚਾਹੁੰਦਾ ਤਾਂ ਤੁਸੀਂ ਇਹਨੂੰ ਸ਼ੋਅ ਪੀਸ ਦੀ ਤਰ੍ਹਾਂ ਯੂਜ਼ ਨਾ ਕਰੋ। ਇਹਨੂੰ ਇਸ ਬਾਰੇ ਕੀ ਵਿਚਾਰ? ਮੈਨੂੰ ਲੱਗਦਾ ਕਿ ਇੱਕ ਜਿਹੜੀ ਫਿਲਮ ਹੁੰਦੀ ਹੈ ਉਹਦੇ ਵਿੱਚ ਗਲੈਮਰ ਸ਼ੋਅ ਸਮਥਿੰਗ ਸਾਰਾ ਕੁਝ ਹੋਣਾ ਚਾਹੀਦਾ। ਮੈਂ ਇਹਦੇ ਨਾਲ ਕੰਪਲੀਟਲੀ ਅਗਰੀ ਨਹੀਂ ਕਰਦੀ, ਕਿਉਂਕਿ ਕੁੜੀਆਂ ਦਾ ਕਿਰਦਾਰ ਹੀ ਬਹੁਤ ਹੀਰੇ ਵਰਗਾ ਹੁੰਦਾ, ਤੁਸੀਂ ਉਹਨਾਂ ਨੂੰ ਬਹੁਤ ਰਫ ਐਂਡ ਟਫ ਨਹੀਂ ਇਸਤੇਮਾਲ ਕਰ ਸਕਦੇ, ਅਤੇ ਉਹ ਬਹੁਤ ਸੋਹਣੀ ਜਿਹੀਆਂ ਚੀਜ਼ ਹੁੰਦੀ ਹੈ ਜਿਹਦੇ ਮਤਲਬ, ਕਿਉਂਕਿ ਮੈਨੂੰ ਇੱਦਾਂ ਲੱਗਦਾ ਕਿ ਜੇ ਤੁਸੀਂ ਬਹੁਤ ਰਿਸਪੈਕਟੇਬਲ ਤਰੀਕੇ ਨਾਲ ਕੁੜੀਆਂ ਨੂੰ ਦਿਖਾਓਗੇ ਉਹ ਅੱਗੇ ਸਮਾਜ 'ਚ ਉਹੀ ਜਾਊਂਗੀਆਂ। ਅਤੇ ਮੈਨੂੰ ਲੱਗਦਾ ਕਿ ਹਾਂਜੀ ਵੀ ਕੈਨ ਵਰਕ ਔਨ ਮੋਰ ਆਫ ਦ ਟਾਈਮ ਸਕਰੀਨ, ਕਿ ਸਕਰੀਨ ਟਾਈਮ ਹੋਰ ਜ਼ਿਆਦਾ ਹੋਵੇ ਅਤੇ ਡਾਇਲੋਗਸ ਹੋਰ ਵਧੀਆ ਅਤੇ ਦਮਦਾਰ ਹੋਣ, ਇਕੁਐਲਿਟੀ ਹੋਵੇ ਹੀਰੋ ਅਤੇ ਹੀਰੋਇਨ ਦੇ ਵਿੱਚ। ਪਰ ਮੈਨੂੰ ਲੱਗਦਾ ਕਿ ਜੇ ਆਪਾਂ ਬਿਊਟੀਫੁਲ ਡੋਲਸ ਹੈਗੇ ਹਾਂ ਤਾਂ ਇਹਦੇ ਵਿੱਚ ਤਾਂ ਵੀ ਕਾਂਟ ਡੂ ਐਨੀਥਿੰਗ, ਵੀ ਆਰ ਬਿਊਟੀਫੁਲ। ਸੋਹਣੀ ਸਾੜੀ ਪਾ ਕੇ ਤੁਸੀਂ ਬੈਠੇ ਹੋ, ਸਾਡੇ ਕੋਲ ਕਿਸੇ ਨੇ ਕੰਪਲੀਮੈਂਟ ਵੀ ਕਰਨ ਦਿੱਤਾ ਤੁਹਾਨੂੰ, ਇੰਨੇ ਵਧੀਆ ਬਣ ਕੇ ਬੈਠੇ। ਬਹੁਤ ਕੰਪਲੀਮੈਂਟ ਆਇਆ ਅੱਜ। ਕਿਸੇ ਨੇ ਕਿਹਾ ਨਾ ਕਿ ਤੁਸੀਂ ਸਰੋਂ ਦਾ ਫੁੱਲ ਲੱਗ? ਨਹੀਂ ਇਹੋ ਜਿਹਾ ਤਾਂ ਨਹੀਂ ਆਇਆ, ਪਰ ਹਾਂ ਇਹ ਕਿਹਾ ਕਿ ਹਾਂਜੀ ਵਧੀਆ ਲੱਗ ਰਿਹਾ ਅੱਜ। ਚੈਲੇਂਜ ਦੀ ਗੱਲ ਕਰਦੇ ਹਾਂ, ਚੈਲੇਂਜ ਹਰ ਇੱਕ ਫੀਲਡ 'ਚ ਹੁੰਦਾ, ਭਾਵੇਂ ਕੋਈ ਵੀ ਫੀਲਡ ਹੈ, ਸਪੋਰਟਸ ਐਂਟਰਟੇਨਮੈਂਟ ਹੈ, ਸਭ ਤੋਂ ਵੱਡੀ ਚੁਣੌਤੀ ਕੀ ਰਹੀ ਬੀਇੰਗ ਐਨ ਐਕਟਰਸ? ਵੈਲ ਮੈਨੂੰ ਇਹ ਲੱਗਦਾ ਕਿ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਨਾ ਹਲੇ ਬਹੁਤ ਘਾਟ ਹੈ ਐਕਟਰਸ ਦੀ, ਅਤੇ ਮੈਨੂੰ ਇਹੀ ਚੈਲੇਂਜਿੰਗ ਲੱਗਦਾ ਕਿ ਜਿਹੜੀ ਮੇਰੀ ਆਡੀਅੰਸ ਹੋਵੇ ਉਹ ਬਹੁਤ ਹੀ ਵਧੀਆ ਅਤੇ ਬਹੁਤ ਸੋਹਣੇ ਕਰੈਕਟਰ ਦੇਖੀਏ, ਅਤੇ ਮੈਂ ਇਹੀ ਕੋਸ਼ਿਸ਼ ਕਰੂੰਗੀ ਕਿ ਅੱਗੇ ਜਿਹੜੀਆਂ ਵੀ ਮੈਂ ਸਕ੍ਰਿਪਟ ਐਕਸੈਪਟ ਕਰਦੀ ਹਾਂ ਜਾਂ ਮੈਂ ਕਰਦੀ ਹਾਂ ਕਿਸੇ ਫਿਲਮ 'ਤੇ ਵਰਕ, ਉਹਦੇ ਵਿੱਚ ਬਹੁਤ ਕੰਟੈਂਟ ਹੋਵੇ। ਅਤੇ ਇਹੀ ਮੇਰੇ ਲਈ ਚੈਲੰਜ ਹੈਗਾ ਇਸ ਵੇਲੇ ਕਿ ਮੈਂ ਜਿੱਦਾਂ ਡੈਬਿਊ ਕਰ ਰਹੀ ਹਾਂ, ਮੈਂ ਨਿਊ ਆਰਟਿਸਟ ਇਨ ਦ ਬੋਲੀਵੁੱਡ ਟਾਊਨ, ਅਤੇ ਮੇਰੀ ਇਹੀ ਚੈਲੰਜ ਹੈ ਕਿ ਮੇਰਾ ਜਿਹੜਾ ਵੀ ਅਗਲਾ ਕੰਮ ਹੋਵੇ ਉਹ ਬਹੁਤ ਹੀ ਵਧੀਆ ਹੋਵੇ ਅਤੇ ਮੂੰਹੋਂ ਬੋਲੇ। ਅਤੇ ਸਾਨੂੰ ਪਤਾ ਲੱਗਾ ਤੁਸੀਂ ਸਿੰਗਿੰਗ 'ਚ ਡੈਬਿਊ ਵੀ ਕਰਨ ਜਾ ਰਹੇ ਹੋ ਅਤੇ ਬੋਲੀਵੁੱਡ 'ਚ ਵੀ ਡੈਬਿਊ ਹੋਣ ਜਾ ਰਿਹਾ, ਕੀ ਕਹਿਣਾ ਚਾਹੋਗੇ? ਆਪਣੇ ਆਪ 'ਚ ਖਾਸ ਹੈ? ਹਾਂਜੀ ਇਹ 2 ਸੀਕਰੇਟ ਹੈਗੇ ਜਿਹੜੇ ਮੈਂ ਬਹੁਤ ਛੇਤੀ ਰਿਵੀਲ ਕਰਨ ਵਾਲੀ ਹਾਂ। ਮੇਰਾ ਵੈਸੇ ਗਾਣਾ ਜਿਹੜਾ ਆਪਦਾ ਆ ਰਿਹਾ ਹੈ ਉਹ ਆ ਰਿਹਾ ਹੈ ਜੁਲਾਈ ਦੇ ਮਿਡ ਦੇ ਵਿੱਚ, ਅਤੇ ਅਸੀਂ ਬਹੁਤ ਮਿਹਨਤ ਕੀਤੀ ਹੈ ਕਿਉਂਕਿ ਐਕਟਿੰਗ ਤਾਂ ਮੇਰਾ ਪੈਸ਼ਨ ਹੈਗਾ ਹੀ ਹੈਗਾ, ਪਰ ਸਿੰਗਿੰਗ ਵਾਜ਼ ਆਲਸੋ ਮਾਈ ਪੈਸ਼ਨ ਜਿਹਦੇ ਲਈ ਮੈਂ ਬਹੁਤ ਮਿਹਨਤ ਕੀਤੀ ਹੈ, ਬਹੁਤ ਕੰਮ ਕੀਤਾ ਆ। ਅਤੇ ਆਈ ਜਸਟ ਸੋ ਵਾਂਟਡ ਟੂ ਬਿਕਮ ਵਨ, ਪਹਿਲਾਂ ਮੈਨੂੰ ਤਰੀਕਾ ਨਹੀਂ ਸੀ ਪਤਾ ਕਿ ਕਿੱਦਾਂ ਕਰਨਾ ਹੁੰਦਾ। ਆਫਟਰ ਡੂਇੰਗ ਦਿਸ ਫਿਲਮ ਆਈਵ ਗੋਟ ਦ ਕੋਨਫੀਡੈਂਸ ਕਿ ਹਾਂਜੀ ਮੈਂ ਕਰ ਸਕਦੀ ਹਾਂ, ਇਹ ਹੋ ਸਕਦਾ ਇੱਦਾਂ, ਹੈ ਨਾ। ਮੇਰੇ ਨਾਲ ਕਾਫੀ ਵਧੀਆ ਲੋਕ ਇਨਵੋਲਵ ਹੋਏ, ਸਾਡੀ ਟੀਮ ਬਣੀ, ਹੁਣ ਵੀ ਆਰ ਕਮਿੰਗ ਅਪ ਵਿਦ ਦਿਸ ਬਿਊਟੀਫੁਲ ਸੌਂਗ। ਅਤੇ ਹਾਂਜੀ ਬਸ ਇਹੀ ਆ, ਬਾਕੀ ਰੋਡ ਤਾਂ ਬੋਲੀਵੁੱਡ ਤਾਂ ਕੀ ਹੈ, ਉੱਥੇ ਤਾਂ ਪਹੁੰਚਣਾ ਹੀ ਪਹੁੰਚਣਾ ਸੀ। ਵੀ ਹੁਣ ਜਾ ਰਿਹਾ ਅਜੀਤ ਤੁਹਾਡਾ ਗਾਇਕੀ ਵਿੱਚ, ਕਿੰਨਾ ਕੁ ਰਿਆਜ਼ ਕਰਨਾ ਪੈਂਦਾ ਤੁਹਾਨੂੰ? ਪ੍ਰੈਕਟਿਸ ਬਹੁਤ ਕਰਨੀ ਪੈਂਦੀ ਕਿਉਂਕਿ ਡੈਬਿਊ ਹੈ, ਅੱਗੇ ਵੀ ਸੋਚਣਾ ਪੈਂਦਾ ਕਿ ਬਹੁਤ ਸਾਰੇ ਟਾਸਕ ਆਉਣਗੇ, ਚੈਲੇਂਜ ਆਉਣਗੇ, ਕੰਪੀਟੀਸ਼ਨ ਹੋਏਗਾ ਵੱਡੇ ਵੱਡੇ ਸਿੰਗਰਸ ਦੀ ਇੰਡਸਟਰੀ ਵਿੱਚ, ਭਾਵੇਂ ਪੰਜਾਬੀ ਇੰਡਸਟਰੀ ਭਾਵੇਂ ਉਹ ਬੋਲੀਵੁੱਡ ਹੈ। ਮੈਨੂੰ ਲੱਗਦਾ ਕਿ ਸਿੰਗਿੰਗ ਇੱਕ ਇਹੋ ਜਿਹਾ
हुनर है जिहड़ा तुसी प्रैक्टिस करके किसी तो सीख के नहीं कर सकते। ये थोड़े अंदर हुंदा इहदा बीज, तो उस बीज नूं किद्दां तुसी पानी देना है, किन्नी खाद पानी है, किद्दां करना, वो थोड़े उत्ते डिपेंड है। मैं इस अपने गाने लिए बहुत मेहनत की है, सालों की मेहनत है, सालों का रियाज है, इन्ने सारे मैं अपने गुरु रखे जिन्होंने मैनू बहुत सोहना सिखाया, बहुत सुर तालीम दी। तो हूँ फाइनली जब लगे मैनू तो मेरी टीम नू कि हाँ जी हूँ आप कर सकते हैं, तो हूँ फिर उस बाद आप गाना रिकॉर्ड करके पूरा वीडियो शूट करके हूँ लैके आ रहे थोड़े नाल। बॉलीवुड काम करना ड्रीम होंगे हर एक इंसान का, ड्रीम पूरा हो चुका तुम बॉलीवुड एंट्री कर जाए हो? जी हाँ जी बिल्कुल, बॉलीवुड के एंट्री हो ही रही है, पर मैनू लगता कि ड्रीम मेरा ता ही पूरा होगा जिस दिन मेरी फिल्म आदित्य रॉय कपूर नाल आओगे। रॉय कपूर जेकर वीडियो देखने तो आदित्य रॉय आदित्य थोड़े काम करना चाहती है? हाँ जी हाँ, तो अच्छा थोड़ा नहीं मेरे क्रश नहीं है फॉर पर हाँ मैं वधिया एक्टर लगते हो। कौन है बॉलीवुड क्रश जी, आप गल छेड़िए क्रश की कौन है? कुछ नसीब एक्टर बॉलीवुड च तो फिलहाल नहीं है, तो बॉलीवुड च जरूर है। बॉलीवुड कौन एक्चुअली ये बारे इन गल् ऑलरेडी हो रही है, जे मैं थोड़े ना गल् करा तो फिर जस्टिफाइड नहीं होगा। मैं लगता कि मैं गुरनाम भुल्लर जी जेन्यूनली एज एन आर्टिस्ट बहुत वधिया लगता है, बिकॉज उन्होंने लेक फिल्म के जी उन्होंने ट्रांजैक्शन की है, उन्होंने डायलॉग डिलीवरी, उन्होंने वो क्यूट जी स्माइल मैं बहुत वधिया लगती है। एज एन ऑडियंस, एज एन ऑडियंस मैं बहुत वधिया लगता है। बहुत वधिया गाना तुसी गाया, कुछ लाइना हो जाना अपने चाहने वाले वास्ते? हाँ जी हाँ बिल्कुल, पंजाबी सुनोगे हिंदी सुनोगे ये दसो पहला जो थोड़ी इच्छा सुना। असि पंजाब दे आ यार, पंजाबी सुनाने आ यार थानू, केड़ा सुनोगे? कलिया गुजारा की मराता कालिया, डंग दिया मैनू रुता प्यार वालिया, तेरे बाजू जी नहीं लगदा मैं ते मर गई, आजा सोनिया कर आजा सोनिया। ना बोलना बुला रहे हो डायरेक्टली? नहीं मैं सारी ऑडियंस नू बुला रही हाँ, तो सारे लोगों नू अपील कर रही हाँ कि जेड़े भी टाइम काढ के मूवी दे थिएटर तक आएंगे, प्लीज़ साड़ी फिल्म की टिकट लियो, तो साड़ी फिल्म जरूर देख के आयो, बहुत एंटरटेनिंग फिल्म है, थोनू बहुत सोहना मैसेज मिलेगा। रणजीत बावा जी तो तरसेम जसर की बहुत सोहनी जुगलबंदी आ, तो मैं डेब्यू कर रही हाँ थोड़ी अपनी आदित्य आ रहा, तो थानू मैनू देखने का भी मौका मिलेगा। की फ्यूचर प्लैनस ने इस तो बाद होर की कर रहे हो बॉलीवुड फिल्म तो बाद? यही आ पहला तो मेरा गाना आ रहा, फिर उस तो बाद मेरी एक होर फिल्म आ रही है, तो फिर हूँ मेरे को काफ़ी सारी स्क्रिप्ट लाइंड अप ने, पाइपलाइन के काफ़ी कुछ हैगा आ, तो हूँ मैं सोच रही एक वधिया डिसीजन लेके एक सोहनी जी फिल्म फिर शुरू कर दें। जल्द अपने चाहने वाले की कहना चाहोगे? मैं यही कहना चाहूँगी कि तुसी हुण तक मैनू बहुत बहुत ज़्यादा प्यार दिता है, मैं बहुत नवी हाँ इंडस्ट्री लई, पर मैं थोड़ी आपदी पंजाब की कुड़ी हाँ, मैनू बहुत सारा प्यार दो, अपने दिलों के विच थां दो, ते मेरी फिल्म देखना ना भुल्यो, खाओ पियो ऐश करो। ਧੰਨਵਾਦ ਅਦਿਤੀ ਸਾਡੇ ਨਾਲ ਗੱਲਬਾਤ। ਥੈਂਕ ਯੂ ਸੋ ਮਚ ਜੀ। ਤਾਂ ਤੁਸੀਂ ਦੇਖਿਆ ਸੀ ਕਿ ਐਕਟਰਸ ਅਦਿਤੀ ਆਰਿਆ ਜਿਨ੍ਹਾਂ ਨੇ ਆਪਣੇ ਸਫ਼ਰ ਬਾਰੇ ਤਾਂ ਗੱਲਬਾਤ ਕੀਤੀ, ਅਤੇ ਇਹ ਕਿ ਗੁਰਨਾਮ ਭੁੱਲਰ ਇਹਨਾਂ ਦੇ ਕ੍ਰਸ਼ ਨੇ, ਬਹੁਤ ਪਸੰਦ ਕਰਦੇ ਨੇ ਗੁਰਨਾਮ ਭੁੱਲਰ ਨੂੰ, ਉਹਨਾਂ ਦੀ ਸਮਾਈਲ, ਉਹਨਾਂ ਦਾ ਅੰਦਾਜ਼, ਅਤੇ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਨੇ ਅਦਿਤੀ ਔਰ ਕਪੂਰ ਵੀ, ਬਹੁਤ ਪਸੰਦ ਉਹਨਾਂ ਨਾਲ ਕੰਮ ਕਰਨ ਦੀ ਤਮੰਨਾ, ਅਤੇ ਜਿੱਥੇ ਰਹੀ ਗੱਲ ਸਿੰਗਿੰਗ ਦੀ, ਉਹਦੇ ਵਿੱਚ ਵੀ ਡੈਬਿਊ ਹੋਣ ਜਾ ਰਿਹਾ, ਮਤਲਬ ਬੈਕ ਟੂ ਬੈਕ ਅਦਿਤੀ ਸਰਪ੍ਰਾਈਜ਼ ਦੇ ਕੇ ਆਪਣੇ ਚਾਹੁਣ ਵਾਲਿਆਂ ਨੂੰ, ਬਣੇ ਰਹੋ ਫੈਕਟ ਨਿਊਜ਼ ਅਤੇ ਬਾਲੀਵੁੱਡ ਚਿੰਗਾਰੀ ਨਾਲ।